ਸੋ ਹੈ ਗਾਇਸ, ਕੀ ਹਾਲ ਚਾਲ ਹੈ? ਸਾਡੇ ਹੋਪਫੁਲੀ ਸਾਰੇ ਵਧੀਆ ਹੋਵੋਗੇ। ਬਿਗ ਸਟੈਪ ਇਨ ਕੈਵਿਨ ਧਾਲੀਵਾਲ, ਤ੍ਰਿਵਾਨ ਬਦੇਸ਼ਾ, GBX ਲੇਟੈਸਟ ਟਰੈਕ ਹੈ ਗਾਇਸ ਪੰਜਾਬੀ। ਸਿਮਰ VFX ਐਡਿਟ ਕੀਤਾ, DOP ਅਨਹਦ ਵੀਰ ਬਦੇਸ਼ਾ, ਮਿਕਸ ਮਾਸਟਰ ਜੈਮੀ, ਮਿਊਜ਼ਿਕ GBX ਕੈਵਿਨ ਦੇ ਤ੍ਰਿਵਾਨ ਨੇ ਗਾਇਆ, PTS ਰੂਬਲ ਸੋਰੀ RB ਵਿਜੂਅਲਸ ਐਂਡ ਲੇਬਲ Love records. Okay, check on the lag rahe hain. ਵੈਰੀਆਂ ਦੇ ਖੂਨ ਵਿੱਚ ਧਰੇ ਲੱਗਦੇ ਨੀ ਬੂਟ, ਐਵੇਂ ਨੀ ਉਹ ਜੱਟ ਦੇ ਬਲੀਡ ਕਰਦੇ। ਭਾਵੇਂ ਤਾਰਿਆਂ ਦੀ ਛੱਤ ਥੱਲੇ ਘੁੰਮਦੇ ਆ ਯਾਰੇ, ਅਸੀਂ ਨੀਲੀ ਛਾਤੇ ਵਾਲੇ ਤੇ ਬਲੀਵ ਕਰਦੇ। ਕੰਮ ਕਰਾਂ ਸਾਰੇ ਆਰ ਪਾਰ ਗੋਰੀਏ, ਯਾਰ ਮੇਰੇ ਰਹਿੰਦੇ ਨੇ ਤਿਆਰ ਗੋਰੀਏ, ਯਾਰ ਇਹ ਵੀ 5.0 ਹੈ ਕਿ ਇਹ ਪੁਰਾਣੀ ਮਸਟੈਂਗ ਤਾਂ ਨਹੀਂ ਹੈ? ਲਾਈਕ ਓਲਡ ਵਿੰਟੇਜ ਟਾਈਪਸ ਹੁੰਦੇ ਆ ਜਿਹੜੇ 90s ਦੀ। ਗੱਲ ਨਾ ਤੂੰ ਮਿੱਤਰ, ਕਲਾਸਿਕਸ ਕਹਿ ਸਕਦੇ ਆ, ਵਿੰਟੇਜ ਨਹੀਂ ਕਹਿ ਸਕਦੇ। ਉਹਨਾਂ ਦੀ ਟਾਲ ਗੋਰੀਏ, ਘੋੜੀ ਰੱਖੀ ਮਿੱਤਰਾਂ ਨੇ ਲਾਲ ਗੋਰੀਏ, ਵੀ ਵਾਂਗੂ ਰੱਖਿਆ ਨਸ਼ਾ ਨਾ ਕੈਵਣੀ, ਜੱਟ ਜੋੜਨ ਦੇ ਵਾਂਗੂ ਕਰੇ ਬਾਲ ਗੋਰੀਏ, ਕਰਦੀ ਐ VFX ਦੇਖੋ, VFX ਦੇਖੋ, ਕੈਵਣੀ ਜੱਟ ਜੋੜਨ ਦੇ ਵਾਂਗੂ ਕਰੇ ਬਾਲ ਗੋਰੀਏ, ਕਰਦੀ ਐ ਡੋਰ ਸੁਸਾਈਡ ਕਾਰ ਦੀ ਨੀ, ਡਬਲ ਆਰ ਵਿੱਚ ਜੱਟ ਜਦੋਂ ਲੀਵ ਕਰਦੇ। ਪਹਿਲਾਂ ਦੱਸਣਾ ਸੀ ਪੈਂਦਾ ਮੈਨੂੰ ਨਾਮ ਗੋਰੀਏ, ਹੁਣ ਬਿੱਲ ਬੋਰਡ ਉੱਤੇ ਕਿਵੇਂ ਰੀਡ ਕਰਦੇ। ਮੇਰੀਆਂ ਦੇ ਖੂਨ ਵਿੱਚ ਯਾਰ ਕਲਰਸ ਕਿੰਨੇ ਸੋਹਣੇ ਕਰ ਰੱਖਿਆ ਨਾ ਵੀਡੀਓ, ਨਾਈਸ ਮੈਨ। ਤਾਰੇ ਲੱਗਦੇ ਨੀ ਬੂਟ, ਐਵੇਂ ਨੀ ਉਹ ਜੱਟ ਦੇ ਬਲੀਡ ਕਰਦੇ। ਭਾਵੇਂ ਤਾਰਿਆਂ ਦੀ ਛੱਤ ਥੱਲੇ ਘੁੰਮਦੇ ਆ ਯਾਰੇ, ਅਸੀਂ ਨੀਲੀ ਛਾਤੇ ਵਾਲੇ ਤੇ ਬਲੀਵ ਕਰਦੇ। ਵੈਰੀਆਂ ਦੇ ਖੂਨ ਵਿੱਚ ਤਾਰੇ ਲੱਗਦੇ ਨੀ ਬੂਟ, ਐਵੇਂ ਨੀ ਉਹ ਜੱਟ ਦੇ ਬਲੀਡ ਕਰਦੇ। ਭਾਵੇਂ ਤਾਰਿਆਂ ਦੀ ਛੱਤ ਥੱਲੇ ਘੁੰਮਦੇ ਆ ਯਾਰੇ, ਅਸੀਂ ਨੀਲੀ ਛਾਤੇ ਵਾਲੇ ਤੇ ਬਲੀਵ ਕਰਦੇ। ਨਾਈਸ ਮੈਨ, ਵਿਜ਼ੂਅਲਸ ਆਰ ਗੋਡ, ਬੀਟ ਇਜ਼ ਗੋਡ, ਸੀਰੀਅਸਲੀ। ਲੱਖ ਲੱਗਿਆ ਨੀ ਜੱਟ ਦੀ ਡ੍ਰਿਪ ਤੇ ਆ, ਚਾਂਦੀ ਵਾਲੀ ਪਰੀ ਦੇਖ ਲੱਗੀ ਮੇਰੀ ਵਿਪ ਤੇ ਆ, ਹੋਰ ਮੇਰੇ ਕੋਲ ਸਾਨੂੰ ਕਹਿਣ ਦੀ ਨੀ ਲੋੜ, ਅਸੀਂ ਗੋਲੀਆਂ ਤੋਂ ਬਿਨਾ ਹੀ ਰਿਲੀਵ ਕਰਦੇ। ਪਹਿਲਾਂ ਮਹਿਫਲਾਂ ਦੇ ਵਿੱਚ ਸਾਨੂੰ ਸੱਦਦੇ ਨਹੀਂ ਸੀ, ਹੁਣ ਮਹਿਫਲਾਂ ਦੇ ਵਿੱਚ ਸਾਨੂੰ ਨੀਡ ਕਰਦੇ। ਪੈਰੀਆਂ ਦੇ ਖੂਨ ਵਿੱਚ ਧਰੇ ਲੱਗਦੇ ਮਹਿਫਲ ਨੀ ਉਹ ਜੱਟ ਦੇ ਬਲੀਡ ਕਰਦੇ। ਇਹ ਇਦਾਂ ਹੀ ਚੜ੍ਹਾਈ ਕਰਨੀ ਚਾਹੀਦੀ ਆ, ਠੀਕ ਹੈ ਜੀ? ਇੱਕ ਟਾਈਮ 'ਤੇ ਕਹਿਣ ਨਾ ਕਿ ਯਾਰ ਇਹਨੂੰ ਕਹਿੰਦੇ ਬੁਲਾ ਲਿਆ, ਇੱਕ ਟਾਈਮ 'ਤੇ ਉਹੀ ਕਹਿਣ ਬਈ ਯਾਰ ਉਹ ਨਹੀਂ ਆਇਆ ਯਾਰ, ਉਹਦੇ ਬਿਨਾਂ ਸਾਰਾ ਸਵਾਦ ਨਹੀਂ ਆਉਣਾ। ਗਰੋ ਦੈਟ ਬਿਗ, ਭਾਵੇਂ ਤਾਰਿਆਂ ਦੀ ਛੱਤ ਥੱਲੇ ਘੁੰਮਦੇ ਆ ਯਾਰੇ, ਅਸੀਂ ਨੀਲੀ ਛਾਤੇ ਵਾਲੇ ਤੇ ਬਲੀਵ ਕਰਦੇ। ਵੈਰੀਆਂ ਦੇ ਖੂਨ ਵਿੱਚ ਧਰੇ ਲੱਗਦੇ ਨੀ ਬੂਟ, ਐਵੇਂ ਨੀ ਉਹ ਜੱਟ ਦੇ ਬਲੀਡ ਕਰਦੇ। ਭਾਵੇਂ ਤਾਰਿਆਂ ਦੀ ਛੱਤ ਥੱਲੇ ਘੁੰਮਦੇ ਆ ਯਾਰੇ, ਅਸੀਂ ਨੀਲੀ ਛਾਤੇ ਵਾਲੇ ਤੇ ਬਲੀਵ ਕਰਦੇ। ਆਹਾ ਦੋਸ ਕਲਰਸ ਮੈਨ, ਬਲੱਡ ਸ਼ੂਜ਼ ਮੈਨ, ਬਲੱਡ ਪ੍ਰਿੰਟਸ, ਸੈਕਸੀ ਯਾਰ। ਗੁੱਡ ਕੰਮ ਕੀਤਾ ਜੇ ਆਪਾਂ VFX ਦੀ ਗੱਲ ਕਰੀਏ, ਬਹੁਤ ਸੋਹਣਾ ਕੰਮ ਕੀਤਾ ਸਿਮਰ ਬਾਈ ਹੋਰਾਂ ਨੇ, ਅਤੇ ਵੀਡੀਓ ਵਾਜ਼ ਗੁੱਡ, ਟ੍ਰਾਂਜੀਸ਼ਨ ਐਵਰੀਥਿੰਗ ਵਾਜ਼ ਗੁੱਡ, ਕਲਰ ਸਕੀਮ ਜਿਹੜੀ ਚੂਜ਼ ਕੀਤੀ ਉਹਨਾਂ ਨੇ
ਬਹੁਤ ਡਿਫਰੈਂਟ ਸੀਗੀ, ਨਾਈਸ ਵਧੀਆ ਲੱਗੀ, ਠੀਕ ਹੈ। ਲਾਈਕ ਥੋੜ੍ਹਾ ਸੈਪੀਆ, ਬਾਕੀ ਸਾਰਾ ਲਾਈਕ ਕੁਛ ਕਲਰਡ ਚੀਜ਼ਾਂ ਦੀ ਜਿਵੇਂ ਗੱਡੀ ਦਾ ਐਂਡ 'ਚ ਹੋਇਆ ਹੈ ਨਾ, ਇਹ ਗੁੱਡ ਸੀਗਾ ਗਾ, ਐਕਚੁਅਲ 'ਚ ਗਾਣਾ ਗੁੱਡ ਸੀਗਾ। ਥੋੜ੍ਹਾ ਜਿਹਾ ਆਪਾਂ ਕਹਿ ਸਕਦੇ ਕਿ ਠੇਠ ਪੰਜਾਬੀ ਸਲੈਂਗ ਨਹੀਂ ਹੈਗੇ, ਕਿ ਹੋ ਸਕਦਾ ਮੁੰਡੇ ਕੈਨੇਡਾ ਬੋਰ ਨਹੀਂ ਹੋਣ, ਹੈ ਨਾ। ਲਾਈਕ ਥੋੜ੍ਹਾ ਥੋੜ੍ਹਾ ਕਿਤੇ ਕਿਤੇ ਮਾੜਾ ਮੋਟਾ ਇੱਦਾਂ ਲੱਗੇਗਾ, ਲਾਈਕ ਜਿਵੇਂ ਥੋੜ੍ਹਾ ਹੋਰ ਠੇਠ ਸਲੈਂਗ ਹੋ ਸਕਦਾ ਸੀਗਾ, ਬਾਕੀ ਗੁੱਡ ਸੀਗਾ ਕੰਮ, ਬਾਕੀ ਘੈਂਟ ਬਾਈ ਖਿੱਚ ਕੇ ਰੱਖੋ, ਵੋਕਲਸ ਆ ਗੁੱਡ, ਬੀਟ ਇਜ਼ ਗੁੱਡ। ਬੀਟ 'ਚ ਥੋੜ੍ਹੀ ਜਿਹੀ ਵੇਰੀਏਸ਼ਨ ਲਿਆ ਸਕਦੇ ਸੀਗੇ, ਲਾਈਕ ਜਿਵੇਂ ਥੋੜ੍ਹੇ ਥੋੜ੍ਹੇ ਕੁਛ ਐਡਸ ਹੋ ਜਾਂਦੇ, ਕੁਛ ਚੀਜ਼ਾਂ ਕੁਛ ਘੱਟ ਜਾਂਦੀਆਂ, ਹੈ ਨਾ, ਕੁਛ ਉਹਦੇ ਉਸ ਤਰੀਕੇ ਨਾਲ, ਕੁਛ ਵਿੱਚ ਪਰਟੀਕੁਲਰ ਇੰਸਟਰੂਮੈਂਟ ਜਾਂ ਕੋਈ ਐਸੀ ਚੀਜ਼ ਵੱਜ ਜਾਂਦੀ ਜਿਹੜੀ ਮਾੜਾ ਮੋਟਾ ਵੇਰੀਏਸ਼ਨ ਜਾਂ ਫੀਲ ਹੁੰਦਾ, ਹੈ ਨਾ। ਬਾਕੀ ਠੀਕ ਸਾ ਯਾਰ, ਗੁੱਡ ਮੈਨ, ਲਿਰਿਕਸ ਆ ਗੁੱਡ, ਵੋਕਲਸ ਆ ਗੁੱਡ, ਠੀਕ ਹੈ, ਵੀਡੀਓ ਵਾਜ਼ ਗੁੱਡ, ਮਿਊਜ਼ਿਕ ਚੱਲ ਕੇ ਮੋਟਾ ਕੰਮ, ਲੇਕਿਨ 90% ਗਾਣਾ ਘੈਂਟ ਸੀਗਾ, 10% ਮਾੜੇ ਮੋਟੇ ਚੱਲਦਾ ਹੀ ਹੈ ਸਟਾਰਟਿੰਗ, ਹੈ ਨਾ। ਸਤਿ ਸ਼੍ਰੀ ਅਕਾਲ।